ਬਰਫੀਲੇ ਤੂਫਾਨ 'ਚ ਮਾਰੇ ਗਏ ਜਾਨਵਰਾਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਜਾਰੀ। ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਬਰਫੀਲਾ ਤੂਫਾਨ ਉਹਨਾਂ ਲੋਕਾਂ ਲਈ ਤਾਂ ਸੁਖਦ ਹੈ ਜਿਨ੍ਹਾਂ ਨੇ ਕਦੇ ਬਰਫ਼ ਨਹੀਂ ਦੇਖੀ, ਪਰੰਤੂ ਇਹ ਬਰਫੀਲਾ ਤੂਫਾਨ ਜਾਨਵਰਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਇਆ ਹੈ ਅਤੇ ਕਈ ਜਾਨਵਰ ਬਰਫੀਲੇ ਤੂਫਾਨ ਵਿੱਚ ਮਾਰੇ ਗਏ ਹਨ ਜਿਨ੍ਹਾਂ ਦੀਆਂ ਲਾਸ਼ਾਂ ਕੱਢਣ ਦਾ ਕੰਮ ਜਾਰੀ ਹੈ।